सत श्री अकाल, मैं हां किरण ते तुसी देख रहे हो हॉट न्यूज़ इंडिया टीवी। उगे समाज सेवी सरदार एसपी ओबराए अपनी संस्था सरबत दा भला चैरिटेबल ट्रस्ट वालों फाजिलका दे हड़ पीड़ता लई राहत समग्री लैके पुजे। उन्हां वालों अज 190 क्विंटल हरा चारा, 500 तरपालां ते 500 मच्छरदानियां फाजिलका दे प्रभावित पिंडां विच वंडण लई लिआंदियां गईआं। इस मौके उन्हां दा धन्नवाद करदिआं विधायक श्री नरिंदरपाल सिंह सभना ने कहा कि इस तरह दे समाजिक उपरालिआं नाल असीं कुदरती आफतां दा बेहतर तरीके नाल सामना कर सकदे हां। उन्होंने कहा कि पंजाब सरकार वालों भी लगातार अते वड्डे पद्धर ते लोकां नूं मदद पहुंचाई गई है अते पिछले दिनां विच वड्डी मात्रा विच हरा चारा, कैटल फीड, राशन किट्टां, तरपालां अते होर राहत समग्री पंजाब सरकार वालों वंडी गई है। इस मौके फाजिलका विधायक श्री नरिंदरपाल सिंह सभना, समाज सेवी सरदार एसपी ओबराए ते समाज सेवी करण गिलहोत्रा दा की कहना है, आओ जानदे हां। हॉट न्यूज़ इंडिया टीवी दे लई बलजीत सरना दी रिपोर्ट। देखो जी, अज साढ़े फाजिलका विच सरबत दा भला चैरिटेबल ट्रस्ट एस पी ओबराए साहब वो साढ़े कोल इत्थे पहुंचे ने, जो सारे पंजाब दे विच हड़ां दी जो स्थिति पैदा हुई है उहदे विच लोकां दी जाके सेवा कर रहे ने। मैं और साढ़े करण गलोत्रा वीर जी इन्हां नूं बेनती की सी कि साढ़े जिहड़े पिंड ने 20 दे करीब पिंड फाजिलका हल्के दे इफेक्ट होए ने पानी नाल, और इन्हां पिंडां दे विच बहुत सारियां लोकां नूं जरूरतां ने, कोई सहयोग दी लोड़ है। सरकार आपदे पद्धर ते कर रही है, पर जो तक समाज सेवी संस्थावां साथ ना देन तां सरकार भी प्रोपर जिहड़े प्रबंध नहीं कर सकदी। लोकां दा साथ मिले, समाज सेवी संस्थावां दा साथ मिले, इस करके असीं ओबराए साहब नूं बेनती की सी कि फाजिलका दे विच साढ़े हरे चारे की बहुत लोड़ है, तां अज साढ़े कोल दो ट्रक दे के वड्डे जिहड़े हरे चारे अचार वाले वो दे के जा रहे ने लोकां नूं, और उस तों बाद तरपालां ने, मच्छर जालियां ने, और इन्हां नूं असीं बेनती की सी कि जिहड़ा पानी दे नाल कई घर भी जिहड़े डिग्गे ने, नुकसान होया है, तां इन्हां नूं बेनती की साढ़े 100 के करीब जिहड़े घर भी बना के इन्हां दी जिहड़ी अपनी सरबत दा भला चैरिटेबल ट्रस्ट है ट्रस्ट वल्लों बनाए जाण, ਉਹ ਵੀ ਇਹਨਾਂ ਨੇ ਸਾਡੀ ਬੇਨਤੀ ਸਵੀਕਾਰ ਕੀਤੀ ਹੈ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੋ ਇੱਥੇ ਆ ਕੇ ਸਾਡੇ ਲੋਕਾਂ ਦਾ ਇਹਨਾਂ ਨੇ ਖਿਆਲ ਕੀਤਾ ਹੈ, ਔਰ ਜਿਹੜੀਆਂ ਹੋਰ ਵੀ ਸਮਾਜਿਕ ਸੰਸਥਾਵਾਂ ਨੇ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਦਾ। ਇਹਨਾਂ ਦੀ ਸਾਰੀ ਟੀਮ ਜੋ ਫਾਜ਼ਿਲਕਾ ਦੇ ਵਿੱਚ ਹੜ੍ਹਾਂ ਦੇ ਜੋ ਹੜ੍ਹ ਆਏ ਤਾਂ ਉਦੋਂ ਤੋਂ ਲੈ ਕੇ ਅੱਜ ਤਕਰੀਬਨ 2 ਮਹੀਨੇ ਦੇ ਕਰੀਬ ਹੋ ਗਿਆ ਸਾਡੇ ਇਸ ਏਰੀਏ ਦੇ ਵਿੱਚ ਪਾਣੀ ਆਉਣ ਕਾਰਨ ਫਸਲਾਂ ਵੀ ਬਰਬਾਦ ਹੋਈਆਂ, ਤਾਂ ਇਹਨਾਂ ਦੀ ਸਾਰੀ ਟੀਮ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਸਾਰੀ ਟੀਮ ਲੋਕਾਂ ਦੇ ਵਿੱਚ ਸੇਵਾ ਕਰ ਰਹੀ ਹੈ। ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਇਸ ਵਾਰੀ ਜੋ ਤਬਾਹੀ ਮੱਚੀ ਉੱਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਮੰਡੀ, ਕੁੱਲੂ, ਮਨਾਲੀ, ਸ਼ਿਮਲਾ, ਜੋ ਉੱਥੇ ਤਬਾਹੀ ਮੱਚੀ, ਉਸ ਤੋਂ ਬਾਅਦ ਜਿੰਨਾ ਪਾਣੀ ਸੀ ਸਾਰਾ ਉਹਦੀ ਮਾਰ ਫਿਰ ਪੰਜਾਬ ਨੇ ਝੱਲੀ। ਸਾਰੇ ਦਰਿਆ ਭਰ ਗਏ, ਬਿਆਸ ਡੈਮ ਲੈ ਲਓ ਤੁਸੀਂ ਜਾਂ ਭਾਖੜਾ ਡੈਮ ਲੈ ਲਓ, ਪਾਣੀ ਓਵਰ ਹੋ ਗਿਆ, ਉਹ ਪਾਣੀ ਛੱਡਣਾ ਪਿਆ ਕਿਉਂਕਿ ਮਜਬੂਰੀ ਸੀ, ਜੇ ਪਾਣੀ ਨਹੀਂ ਛੱਡਣਗੇ ਤਾਂ ਬੰਨ ਟੁੱਟਣ ਦਾ ਡਰ ਰਹਿੰਦਾ, ਇਸ ਲਈ ਅਤੇ ਸਾਰਾ ਕੁਝ ਫਲੱਡ ਜਿਹੜਾ ਪੰਜਾਬ 'ਚ ਆਇਆ। ਕੁਛ 6-7 ਡਿਸਟ੍ਰਿਕਟ ਸਾਡੇ ਜਿਹੜੇ ਆ ਉਹ 'ਚ ਕਾਫੀ ਪਾਣੀ, ਅੱਜ ਵੀ 7-7, 8-8 ਫੁੱਟ ਪਾਣੀ ਖੜ੍ਹਾ ਹੈ। ਤੋ ਟਰੱਸਟ ਵੱਲੋਂ ਪਹਿਲੇ ਦਿਨ ਤੋਂ ਜਦੋਂ ਪਟਿਆਲੇ 'ਚ ਹੋਇਆ ਸੀ ਉਦੋਂ ਹੀ ਸ਼ੁਰੂ ਕਰ ਦਿੱਤਾ ਗਿਆ ਸਾਰਾ, ਜਿਸ ਤਰ੍ਹਾਂ ਲੋੜ ਹੁੰਦੀ ਰਹੀ ਹੈ ਟਰੱਸਟ ਵੱਲੋਂ ਉਹ ਗਏ, ਸਾਰਾ ਸਮਾਨ ਸਪਲਾਈ ਕੀਤਾ ਗਿਆ। ਉੱਧਰ ਫਿਰੋਜ਼ਪੁਰ ਸਾਈਡ ਲੈ ਲਓ ਤੁਸੀਂ, ਪੱਟੀ ਹੈ, ਤਰਨ ਤਾਰਨ ਹੈ, ਸੁਲਤਾਨਪੁਰ ਲੋਹੀ ਸਾਈਡ, ਲੋਹੀਆਂ ਸਾਈਡ ਹੋ ਗਿਆ, ਗੁਰਦਾਸਪੁਰ, ਪਟਿਆਲਾ, ਰੋਪੜ, ਇੱਥੇ ਸਾਰਾ ਅਸੀਂ ਕਰ ਰਹੇ ਸੀ। ਮੈਕਸੀਮਮ ਜਿਹੜੀ ਲੋਡ ਸੀ ਉਹ ਚਾਰੇ ਦੀ ਲੋਡ ਸੀ ਉੱਧਰ ਪਾਸੇ, ਔਰ ਅਸੀਂ ਪਹਿਲੇ ਦਿਨ ਤੋਂ ਤਕਰੀਬਨ 1000 ਟਨ ਦੇ ਕਰੀਬ ਜਿਹੜਾ ਚਾਰਾ ਅਸੀਂ ਆਲਰੇਡੀ ਦੇ ਚੁੱਕੇ ਹਾਂ। ਸੋ ਅੱਜ ਸਾਡੇ MLA ਸਾਹਿਬ ਅਤੇ ਬਰਨਪਾ ਜੀ ਸਾਡੇ ਇਹਨਾਂ ਨਾਲ, ਅਸੀਂ ਅੱਜ ਚੰਡੀਗੜ੍ਹ ਤੋਂ ਆਏ ਸੀ ਇਸ ਸਥਿਤੀ ਨਾਲ, ਦੇਖ ਰਹੇ ਹੋ ਏਰੀਆ ਇੱਥੇ ਹੁਣ ਵੀ ਪਾਣੀ ਇੰਨਾ ਖੜ੍ਹਾ ਹੋਇਆ, ਔਰ ਸਾਰੇ ਪਿੰਡਾਂ ਦੇ ਲੋਕਾਂ ਨੂੰ ਅਸੀਂ ਮਿਲੇ ਹਾਂ। ਇੱਥੇ ਅੱਜ ਚਾਰਾ ਵੀ ਅਸੀਂ ਲੈ ਕੇ ਆਏ ਹਾਂ, 2 ਟਰੱਕ ਲੈ ਕੇ ਆਏ ਹਾਂ, ਤਕਰੀਬਨ 40 ਕੁ ਟਨ ਜਿਹੜਾ ਚਾਰਾ ਅੱਜ ਆ ਗਿਆ। ਅਤੇ ਇਸ ਤੋਂ ਇਲਾਵਾ ਮੱਛਰਦਾਨੀਆਂ ਦਿੱਤੀਆਂ ਗਈਆਂ ਨੇ, ਤਰਪਾਲਾਂ ਦਿੱਤੀਆਂ ਗਈਆਂ ਨੇ, ਓਡੋਮਸ ਆ ਰਹੀ ਹੈ। ਜੋ ਅਗਲਾ ਸਟੈਪ ਹੈ, ਜੋ ਸਾਡੇ ਬਾਕੀ ਜਿੰਨੇ ਡਿਸਟ੍ਰਿਕਟ ਉਹਨਾਂ 'ਚ ਪਾਣੀ ਉਤਰਨਾ ਸ਼ੁਰੂ ਹੋ ਗਿਆ, ਜਿੱਥੇ ਜਿੱਥੇ ਪਾਣੀ ਉਤਰਦਾ ਉੱਥੇ ਫਿਰ ਸਥਿਤੀ ਪਤਾ ਲੱਗਦੀ ਹੈ ਕਿ ਇੱਥੇ ਹੁਣ ਅੱਗੇ ਕੀ ਹੋਣ ਵਾਲਾ ਹੈ। ਇੱਥੇ ਮੈਂ ਪਹਿਲਾਂ ਦੱਸ ਦਿੱਤਾ ਇਹਨਾਂ ਨੂੰ ਕਿ ਇੱਥੇ ਜਿਸਲੇ ਪਾਣੀ ਉਤਰਦਾ ਅਤੇ ਪਸ਼ੂਆਂ ਦੀਆਂ ਬਿਮਾਰੀਆਂ, ਬੰਦਿਆਂ ਦੀਆਂ ਬਿਮਾਰੀਆਂ, ਸੋ ਮੈਡੀਸਨ ਦੀ ਬਹੁਤ ਲੋੜ ਪੈਣੀ ਹੈ। ਸੋ ਟਰੱਸਟ ਵੱਲੋਂ ਜਿੰਨੀ ਵੀ ਮੈਡੀਸਨ ਦੀ ਲੋੜ ਹੋਏਗੀ, ਚਾਹੇ ਪਸ਼ੂਆਂ ਨੂੰ ਦੇਣੀ ਹੈ ਚਾਹੇ ਇਨਸਾਨਾਂ ਵਾਸਤੇ ਆ, ਉਹ ਸਾਰੀ ਮੈਡੀਸਨ ਜਿਹੜੀ ਟਰੱਸਟ ਵੱਲੋਂ ਬਿਲਕੁਲ ਫ੍ਰੀ ਸਪਲਾਈ ਦਿੱਤੀ ਜਾਏਗੀ। ਅਤੇ ਕੁਛ ਅਸੀਂ ਟੈਸਟਾਂ ਦੇ ਵੀ ਸ਼ੁਰੂ ਕੀਤਾ ਕਿ ਜਿੱਦਾਂ ਫਿਰੋਜ਼ਪੁਰ ਸਾਈਡ ਹੈ, ਤਰਨ ਤਾਰਨ ਪੱਟੀ ਜਾਂ ਜਲੰਧਰ ਸਾਈਡ, ਸਾਡੀਆਂ ਅੱਜ ਤੋਂ ਡੇ ਸਾਡੀਆਂ ਲੈਬ ਟੈਕਨੀਸ਼ੀਅਨ ਜਿਹੜੇ ਨੇ ਉਹ ਬੋਰਡਾਂ ਦੇ ਵਿੱਚ, ਮੇਰੇ ਔਰ MLA ਸਾਹਿਬ ਕੇ ਰਿਕੁਐਸਟ ਪੇ ਚੰਡੀਗੜ੍ਹ ਸੇ ਸਪੈਸ਼ਲੀ ਆਏ, ਕੱਲ ਰਾਤ ਕੋ ਵੀ ਇਹ ਔਰ ਕਈ ਜ਼ਿਲ੍ਹੋ ਕਾ ਟੂਰ ਕਰਕੇ ਰਾਤ ਕੋ 4 ਵਜੇ ਹੀ ਪਹੁੰਚੇ ਤੇ ਸੁਬਹੇ ਫਿਰ ਹਮ ਯਹਾਂ ਪੇ ਨਿਕਲ ਗਏ। ਤੋ ਜੋ ਇਨਕੀ ਡੈਡੀਕੇਸ਼ਨ ਕਮਿਟਮੈਂਟ ਹੈ ਉਸਕਾ ਮੇਰੇ ਖਿਆਲ ਸੇ ਜੋ ਬਲੈਸਿੰਗ ਸਮੇਂ ਆ ਫਾਜ਼ਿਲਕਾ ਵੀ ਦੇਖਣ ਕੋ ਮਿਲ ਰਹੀ ਹੈ ਕਿ ਅੱਜ ਜੈਸੇ ਆਪਣੇ ਸਾਥੇ ਚਾਰੇ ਕੇ ਟਰੱਕਸ ਲਾਏ ਹੈ, ਤਰਪੇਲੇ ਲਾਏ ਹੈ, ਮੱਛਰਦਾਨੀਆਂ ਹੈ,
और अब जैसे सर ने बताया कि आगे जो भी मेडिसिंस की रिक्वायरमेंट होगी, लेबोरेटरी की ज़रूरत है, घरों की रिपेयर की या घर नए बनाने की, तो पूरा उसमें इनका जो ट्रस्ट है सरबत भला सारा वो लोगों का यहाँ पे हेल्प करने के लिए सबसे आगे रहेगा। तो मैं एक बार फिर अपने फाजिलका की तरफ से, अपनी सारी टीम की तरफ से, MLA साहब की तरफ से, मैं ओबरॉय साहब का बहुत बहुत धन्यवाद करता हूँ और लोगों को ये रिक्वेस्ट करूँगा कि जो भी आपकी डिमांड है, कुछ है, इनकी टीम के साथ आप प्लीज़ संपर्क में रहें और जहाँ पर भी आपको कोई प्रॉब्लम आती है आप प्लीज़ वो आवाज़ हम तक पहुँचाइए ताकि हम सर को रिक्वेस्ट कर सकें और हम इस सारी महामारी से जल्दी निकल के आ सकें।